ਗੌਰਮੈਂਟ ਨੇ ਫੈਸਲਾ ਕੀਤਾ ਹੋਇਆ ਕਿ ਸਾਹਿਤ ਸੱਭਿਆਚਾਰ ਦੇ ਲਈ ਅਸੀਂ ਵੱਡਾ ਕੰਮ ਕਰਦਾ ਕੰਮ ਕਰੀਏ। ਬਗ 40 ਤੋਂ 50 ਲੱਖ ਜਿਹੜੀ ਵਸੂ ਆ ਉਹ ਪੰਜਾਬੀਆਂ ਦੀ ਆ ਤੇ 40 50 ਲੱਖ ਲੋਕਾਂ ਤੱਕ ਉਹਨਾਂ ਨੂੰ ਉਹਨਾਂ ਦੀ ਬਾਦਸ਼ਾਹ ਸਾਹਿਤ ਸੱਭਿਆਚਾਰ ਲਈ ਜਗਾਉਣਾ ਜਿਹੜਾ ਆ ਉਹ ਮੇਰਾ ਮੁੱਖ ਅਜੰਡਾ ਹੈ। ਪੰਜਾਬੀ ਸੰਗੀਤ ਸਾਹਿਤ ਵੱਧਾ ਫੁੱਲਦਾ ਤਾਂ ਕਿਉਂ ਨਹੀਂ ਮੈਂ ਤਾਂ ਦਿਨ ਰਾਤ ਸਲਾਹ ਦੇਵਾਂਗੇ। ਮੈਨੂੰ ਖੁਸ਼ੀ ਦਿੰਦੀ ਆ। ਜਸਟੂ ਵਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਤੇ ਇਸ ਵੇੜੇ ਜਿਹੜੀ ਸ਼ਖਸੀਅਤ ਮੇਰੇ ਨਾਲ ਮੌਜੂਦ ਨੇ ਉਹ ਵੈਸੇ ਤੱਕ ਸਿਰੇ ਤਾਰੂਫ ਤੇ ਮੁਤਾਜ ਨਹੀਂ ਪੰਜਾਬੀ ਪਾਸ਼ਾਦਲੀ ਮਾਬੋਲੀ ਪੰਜਾਬੀ ਲਈ ਜਿੰਨਾ ਕੰਮ ਉਹਨਾਂ ਨੇ ਕੀਤਾ ਹੈ ਮਿਊਜ਼ਿਕ ਇੰਡਸਟਰੀ ਵਿੱਚ ਜਿੰਨਾ ਕੰਮ ਉਹਨਾਂ ਨੇ ਕੀਤਾ ਹੈ ਪਰ ਅੱਜ ਜਿਸ ਕੈਪੈਸਿਟੀ ਵਿੱਚ ਉਹ ਸਾਡੇ ਨਾਲ ਗੱਲ ਕਰ ਰਹੇ ਨੇ ਉਹ ਕੈਪੈਸਿਟੀ ਇੱਕੋਦਮ ਬਿਲਕੁਲ ਵੱਖਰੀ ਹੈਗੀ ਹੈ ਸਾਡੇ ਨਾਲ ਮੌਜੂਦ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਥਾਪੇ ਗਏ ਦੀਪਕ ਬਾਲੀ ਸਾਹਿਬ ਬਾਲੀ ਸਾਹਿਬ ਬਹੁਤ-ਬਹੁਤ ਸਵਾਗਤ ਤੇ ਬਹੁਤ-ਬਹੁਤ ਮੁਬਾਰਕਾਂ ਨ ਤਨਵਾਦੀ ਜੀ ਚਾਂਸਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੋ ਪ੍ਰਮਾਤਮਾ ਨੇ ਚਾਇਆ ਇਸ ਤਰ੍ਹਾਂ ਕਿ ਦਿੱਲੀ ਸਰਕਾਰ ਵੱਲੋਂ ਮੈਨੂੰ ਆਰਟ ਕਲਚਰ ਐਂਡ ਲੈਂਗੁਏਜ ਦੇ ਵਿੱਚ ਐਡਵਾਈਜ਼ਰ ਲਾਇਆ ਗਿਆ ਤਾਂ ਕਿ ਮੈਂ ਦਿੱਲੀ ਦੇ ਵਿੱਚ ਜਾ ਕੇ ਪੰਜਾਬੀ ਭਾਸ਼ਾ ਸਾਹਿਤ ਸਭਿਆਚਾਰ ਜਾਂ ਜਨਰਲੀ ਜੋ ਵੀ ਆਰਟ ਐਂਡ ਕਲਚਰ ਹੈ ਉਹਦੇ ਸਬੰਧ ਵਿੱਚ ਕੁਝ ਐਸਾ ਕੰਮ ਕਰ ਸਕਾਂ ਜਿਸ ਦੇ ਨਾਲ ਮੇਰੇ ਦੇਸ਼ ਦਾ ਮੇਰੇ ਪੰਜਾਬ ਦਾ ਦਿੱਲੀ ਦਾ ਪਾਰਤ ਦਾ ਜਿਹੜਾ ਗੌਰਵ ਆ ਹੋਰ ਵੱਡਾ ਹੋ ਸਕੇ ਦਿੱਲੀ ਜਾਣਾ ਦਿੱਲੀ ਜਾ ਕੇ ਪੰਜਾਬੀ ਦੇ ਬਾਰੇ ਗੱਲ ਕਰਨਾ ਸੱਭਿਆਚਾਰ ਦੇ ਬਾਰੇ ਗੱਲ ਕਰਨਾ ਕਿੰਨੀ ਕੌਕੜਾਂ ਲੱਗਦੀਆਂ ਨੇ ਔਰ ਫਿਊਚਰ ਪਲੈਨਿੰਗ ਕਿ ਲਈ ਸਰ ਔਕੜਾਂ ਬਿਲਕੁਲ ਵੀ ਨਹੀਂ ਲੱਗਦੀਆਂ ਕਿਉਂਕਿ ਮੇਰਾ ਇਹ ਮੰਨਣਾ ਆ ਕਿ ਇੱਕ ਤਾਂ ਦਿੱਲੀ ਦੇ ਵਿੱਚ ਮੈਜੋਰਿਟੀ ਜਿਹੜੀ ਪੋਪੂਲੇਸ਼ਨ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ 23% ਦੇ ਕਰੀਬ ਪੰਜਾਬੀ ਲੋਕ ਨੇ ਮੈਜੋਰਿਟੀ ਜਦੋਂ ਆਪਾਂ ਦਿੱਲੀ ਨੂੰ ਵਾਈਡਰ ਰੇਂਜ ਚ ਦੇਖਦੇ ਆ ਤਾਂ ਮਤਲਬ ਲਗਭਗ ਚੌਥਾ ਹਿੱਸਾ ਜਿਹੜੀ ਵਸੂਆ ਉਹ ਪੰਜਾਬੀਆਂ ਦੀ ਆ ਜਿਹੜੀ ਇਸ ਤੋਂ ਇਲਾਵਾ ਹੋਰ ਲੋਕ ਵੀ ਆ ਕੋ ਹਰਿਆਣਾ ਦੇ ਨੇ ਹਿਮਾਚਲ ਦੇ ਨੇ ਜਾਂ ਜੂਪੀ ਦੇ ਇਧਰਲੇ ਪਾਸੇ ਦੇ ਨੇ ਤਾਂ ਜਾਂ ਰਾਜਸਥਾਨ ਦੇ ਉਹ ਉਹ ਵੀ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਸੰਗੀਤ ਨੂੰ ਪੰਜਾਬੀ ਜ਼ੁਬਾਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਸੋ ਇਸ ਕਰਕੇ ਦੂਸਰੀ ਗੱਲ ਕਿ ਜਿਹੜੀ ਗਵਰਨਮੈਂਟ ਦੀ ਡਿਟਰਮੀਨੇਸ਼ਨ ਆ ਉਹ ਮੇਰੇ ਲਈ ਕੋਈ ਔਕਰ ਨਹੀਂ ਪੈਦਾ ਕਰ ਰਹੀ ਗਵਰਨਮੈਂਟ ਨੇ ਫੈਸਲਾ ਕੀਤਾ ਹੋਇਆ ਕਿ ਸਾਹਿਤ ਸੱਭਿਆਚਾਰ ਲਈ ਅਸੀਂ ਵੱਡਾ ਕੰਮ ਕਰਨਾ ਹੈ ਅਸੀਂ ਸਮਾਜ ਦੀ ਨੁਹਾਰ ਸਿਰਫ ਜਿਹੜੀ ਆ ਡਿਵੈਲਪਮੈਂਟ ਉਹਨਾਂ ਦੇ ਹਿਸਾਬ ਨਾਲ ਡਿਵੈਲਪਮੈਂਟ ਜਿਹੜੀ ਆ ਕਿ ਸਿਰਫ ਬਿਲਡਿੰਗਾਂ ਚਾ ਸਟਰਕਚਰ ਖੜੇ ਕਰਨਾ ਡਿਵੈਲਪਮੈਂਟ ਨਹੀਂ ਹੈ ਰੋਡ ਬਣਾਉਣੇ ਡਿਵੈਲਪਮੈਂਟ ਨਹੀਂ ਹੈ ਲੋਕਾਂ ਦੇ ਦਿਮਾਗਾ ਦੇ ਪੱਦਰ ਨੂੰ ਉੱਚਾ ਚੱਕਣਾ ਵੀ ਡੇਵਲਪ ਸੋਸਾਇਟੀ ਦੀ ਡਿਵੈਲਪਮੈਂਟ ਆ ਸੋਸਾਇਟੀ ਦੇ ਵਿੱਚ ਐਸਾ ਕਲਚਰਲੀ ਰਿਫਾਰਮ ਲੈ ਕੇ ਆਈਏ ਜਿਹੜਾ ਸੰਗੀਤ ਨਾਲ ਸਾਹਿਤ ਨਾਲ ਚੰਗੀ ਸੋਚ ਨਾਲ ਪੈਦਾ ਹੋ ਸਕਦਾ ਜਿਹਦੇ ਨਾਲ ਲੋਕ ਮਾਨਸਿਕ ਪੱਧਰ ਤੇ ਵੀ ਉੱਚੇ ਹੋ ਸਕਣ ਕਿਉਂਕਿ ਸਮਾਜ ਦੀ ਖੁਸ਼ਹਾਲੀ ਉਸ ਗੱਲ ਵਿੱਚ ਹੀ ਆ ਕਿ ਸੋਸਾਇਟੀ ਦੀ ਓਵਰਲ ਡਿਵੈਲਪਮੈਂਟ ਡਿਵੈਲਪਮੈਂਟ ਜਿਹੜੀ ਆ ਉਹ ਸਿਰਫ ਕੰਸਟਰਕਸ਼ਨਸ ਦੇ ਨਾਲ ਨਹੀਂ ਹੋ ਸਕਦੀ ਲੋਕਾਂ ਦੇ ਦਿਮਾਗਾਂ ਦੇ ਵਿੱਚ ਚੰਗਾ ਸੱਭਿਆਚਾਰ ਜੀਵੇ ਲੋਕ ਲੋਕ ਦਿਮਾਗੀ ਤੌਰ ਤੇ ਚੇਤਨ ਹੋਣ ਚੁਸਤ ਹੋਣ ਤਾਂ ਇਸ ਕਰਕੇ ਮੈਨੂੰ ਕੋਈ ਔਕਰ ਨਹੀਂ ਲੱਗਦੀ ਕਿਉਂਕਿ ਮੁੱਖ ਮੰਤਰੀ ਅਰਵਿੰਦ ਕੇਜੀ ਵਾਲ ਸਾਹਿਬ ਔਰ ਖਾਸ ਤੌਰ ਤੇ ਮਨਿਸਟਰ ਜਿਹੜੇ ਨੇ ਆਰਟ ਐਂਡ ਕਲਚਰ ਦੇ ਡਿਪਟੀ ਚੀਫ ਮਨਿਸਟਰ ਸੋਦੀਆ ਸਾਹਿਬ ਉਹਨਾਂ ਵੱਲੋਂ ਬਹੁਤ ਵੱਡੇ ਦਿਲ ਦੇ ਨਾਲ ਜਦੋਂ ਮੇਰੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਚਾਰਟਰ ਪਲਾਨ ਕਰੋ ਕਿ ਤੁਸੀਂ ਸਾਹਿਤ ਸੱਭਿਆਚਾਰ ਦੇ ਲਈ ਕਿਸ ਤਰ੍ਹਾਂ ਵੱਡੇ ਤੋਂ ਵੱਡਾ ਕੰਮ ਕਰ ਸਕਦੇ ਆ ਗਵਰਨਮੈਂਟ ਲਈ ਜੋ ਤੁਸੀਂ ਸੋਚਦੇ ਹੋ ਉਸ ਤੋਂ ਵੱਧ ਸਪੋਰਟ ਤੁਹਾਡੇ ਨਾਲ ਹੋਏਗੀ ਕਿਸੇ ਵੀ ਤਰ੍ਹਾਂ ਦੀ ਸਪੋਰਟ ਜਿਹੜੀ ਹੈ ਨਾ ਤੁਹਾਨੂੰ ਕੋਈ ਗ੍ਰਾਂਟਸ ਦੀ ਕਮੀ ਆ ਗਈ ਨਾ ਤਾਂ ਨੂੰ ਕੋਈ ਕੰਮ ਕਰਨ 'ਚ ਦਿੱਕਤ ਆਏਗੀ ਯੂ ਕ੍ਰੀਏਟ ਯੂਰ ਆਈਡੀਆਜ਼ ਜਿਹਦੇ ਨਾਲ ਆਪਾਂ ਖੂਬਸੂਰਤ ਭਾਰਤ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਲੋਕਾਂ ਦਾ ਉਹ ਵਡਾ ਕਰ ਸਕੀਏ ਪੰਜਾਬੀਅਤ ਦੀ ਸੇਵਾ ਕਰ ਸਕੀਏ ਦੂਰ ਦੂਰ ਦੁਨੀਆ ਦੇ ਹਰ ਕੋਨੇ 'ਚ ਬੈਠੇ ਪੰਜਾਬੀ ਨੂੰ ਸਾਡੀ ਇਸ ਜਿਹੜੀ ਸਾਡੀ ਭਾਵਨਾ ਹੈ ਉਹਨਾਂ ਦੀ ਕਦਰਾਂ ਕੀਮਤਾਂ ਪ੍ਰਤੀ ਭਾਵਨਾ ਹੈ ਉਹਨਾਂ ਦੇ ਧਰਮ ਪ੍ਰਤੀ ਭਾਵਨਾ ਹੈ ਉਹਨਾਂ ਦੇ ਸੱਭਿਆਚਾਰ ਪ੍ਰਤੀ ਉਹਨਾਂ ਦੀ ਜ਼ੁਬਾਨ ਪ੍ਰਤੀ ਜਿਹੜੀ ਭਾਵਨਾ ਹੈ ਉਹਦਾ ਸੰਦੇਸ਼ ਮਿਲੇ ਦੇ ਫਿਊਚਰ ਪਲੈਨਿੰਗ ਕਿਸ ਤਰੀਕੇ ਦੀ ਪਲੈਨਿੰਗ ਤਿਆਰ ਕੀਤੀ ਹੈ ਬਾਲੀ ਸਾਹਿਬ ਨੂੰ ਜਦੋਂ ਇੰਨੀ ਸਪੋਰਟ ਮਿਲ ਗਈ ਫ੍ਰੀ ਹੈਂਡ ਇੱਕ ਤਰੀਕੇ ਨਾਲ ਗਿਆ ਜਾਵੇ ਹੁਣ ਫਿਊਚਰ ਪਲੈਨਿੰਗ ਵਿੱਚ ਕੀ ਹੈਗਾ ਦੇਖੋ ਫਿਊਚਰ ਪਲੈਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਆ ਕਿ ਜੇ ਮੈਂ ਮੈਂ ਸਿਰਫ ਪੰਜਾਬੀ ਦੀ ਗੱਲ ਕਰਾਂ ਤਾਂ ਪੰਜਾਬੀ ਨੂੰ ਲੈ ਕੇ ਜਿਹੜਾ ਮੇਰਾ 플ਾਨ ਚੱਲ ਰਿਹਾ ਕਿ ਪੰਜਾਬੀ ਨੂੰ ਮਾਸਸਸ ਤੱਕ ਕਨੈਕਟ ਕਰਨਾ ਹੈ ਮੈਂ ਨਹੀਂ ਚਾਹੁੰਦਾ ਕਿ ਪੰਜਾਬੀ ਸਿਰਫ ਪੰਜਾਬੀ ਬਾਰੇ ਵਿਚਾਰ ਪਟਾਉਂਦਾ ਸਿਰਫ ਇੰਟੈਲੈਕਚੁਅਲਸ ਕਰਨ ਸੋ ਮੈਂ ਸੋਚਦਾ ਕਿ ਦੁਨੀਆ 'ਚ ਜਿਹੜਾ ਵੀ ਬੰਦਾ ਪੰਜਾਬੀ ਵਿਅਸਤਾ ਦਿੱਲੀ ਦਾ ਹਰ ਬੰਦਾ ਜਿਹੜਾ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਦਾ ਪ੍ਰਚਾਰ ਕਰਦਾ ਪ੍ਰਸਾਰ ਕਰਦਾ ਪੜਦਾ ਲਿਖਦਾ ਬੋਲਦਾ ਸੁਣਦਾ ਸੋ ਹਰ ਬੰਦਾ ਉਸ ਭਾਸ਼ਾ ਦਾ ਪ੍ਰਚਾਰਕ ਬਣ ਉਹਨਾਂ ਲੋਕਾਂ ਦੇ ਨਾਲ ਕਨੈਕਟ ਹੋਣਾ ਕਿ ਜੇ ਦਿੱਲੀ ਦੀ ਵਸੂ 2 ਕਰੋੜ ਆ ਤੇ 23% ਸਮਝੋ ਵੀ 50 ਲੱਖ ਦੇ ਲਗਭਗ 40 ਤੋਂ 50 ਲੱਖ ਜਿਹੜੀ ਵਸੋ ਆ ਉਹ ਪੰਜਾਬੀਆਂ ਦੀ ਆ ਤੇ 40 50 ਲੱਖ ਲੋਕਾਂ ਤੱਕ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਸਾਹਿਤ ਸਭਿਆਚਾਰ ਲਈ ਜਗਾਉਣਾ ਜਿਹੜਾ ਆ ਉਹ ਮੇਰਾ ਮੁੱਖ ਅਜੰਡਾ ਆ ਕਿ ਜਿਹਦੇ ਲਈ ਸਰਕਾਰ ਮੈਨੂੰ ਸਪੋਰਟ ਕਰ ਰਹੀ ਆ ਸਰਕਾਰ ਮੈਨੂੰ ਫ੍ਰੀ ਹੈਂਡ ਦੇ ਰਹੀ ਆ ਸਰਕਾਰ ਮੈਨੂੰ ਦਲੇਰੀ ਨਾਲ ਕੰਮ ਕਰਨ ਲਈ ਕਹਿ ਰਹੀ ਆ ਮੇਰਾ ਇਹ ਆ ਕਿ ਹਰ ਪੰਜਾਬੀ ਨੂੰ ਜਗਾਉਣਾ ਆ ਉਹਦੀ ਭਾਸ਼ਾ ਦੇ ਪ੍ਰਤੀ ਉਹ ਆਪਣੀ ਭਾਸ਼ਾ ਦਾ ਆਪ ਅਲੰਬਰਦਾਰ ਬਣੇ ਉਹਨਾਂ ਕੋਈ ਕਹਵੇ ਨਾ ਕਿ ਤੇਰੀ ਭਾਸ਼ਾ ਖਤਰੇ 'ਚ ਐ ਉੱਠ ਉਹ ਆਪ ਕਹਵੇ ਕਿ ਹਾਂ ਮੇਰੀ ਭਾਸ਼ਾ ਇਸ ਤਰ੍ਹਾਂ ਅੱਗੇ ਵਧੇ ਮੈਂ ਇਹਦੇ ਲਈ ਇਸ ਤਰ੍ਹਾਂ ਆਵਾਂ ਇਸ ਤੋਂ ਇਲਾਵਾ ਪੰਜਾਬੀ ਦੇ ਲਈ ਜਿੰਨੀਆਂ ਵੀ ਸਣੀਆਂ ਤੇ ਟੀਚਰਸ ਦੀਆਂ ਅਸਾਮੀਆਂ ਨੇ ਦਿੱਲੀ ਦੇ ਵਿੱਚ ਲੰਬੇ ਸਮੇਂ ਤੋਂ ਉਹਨੇ ਹੰਗਸੀਆਂ ਉਹਨਾਂ ਸਾਰੀਆਂ ਚੀਜ਼ਾਂ ਦੀ ਪ੍ਰੋਸੈਸਿੰਗ ਕਰਨੀਆਂ ਔਰ ਇੱਕ ਹੋਰ ਜਿਹੜਾ ਮੇਰੇ ਮਨ ਦਾ ਸੁਪਨਾ ਆ ਕਿ ਦਿੱਲੀ ਦੇ ਵਿੱਚ ਆਪਾਂ ਇੱਕ ਪੰਜਾਬੀ ਮਾਰਚ ਕੱਢਣਾ ਆ ਕਿ ਜਿਹਦੇ ਲਈ ਇੱਕ ਇਸ ਤਰ੍ਹਾਂ ਲੱਗੇ ਤੁਹਾਡੀ ਹੋਂਦ ਜਿਹੜੀ ਉਹ ਦੱਸੀ ਜਾਵੇ ਕਿ ਰਾਜਧਾਨੇ ਦੇ ਵਿੱਚ ਔਰ ਦੁਨੀਆ 'ਚ ਗੱਲ ਜਾਏਗੀ ਕਿ ਰਾਜਧਾਨੇ 'ਚ ਪੰਜਾਬੀ ਲੋਕਾਂ ਨੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਕਿਉਂਕਿ ਨਵੇਂ ਬੱਚਿਆਂ ਨੂੰ ਦੇਖੋ ਹਰ ਚੀਜ਼ ਨੂੰ ਸਿੱਖਣ ਦਾ ਇੱਕ ਤਰੀਕਾ ਹੁੰਦਾ ਤੁਸੀਂ ਪੜ੍ਹ ਕੇ ਸਿੱਖ ਸਕਦੇ ਆਂ ਵੇਖ ਕੇ ਸਿੱਖ ਸਕਦੇ ਆਂ ਸੁਣ ਕੇ ਸਿੱਖ ਸਕਦੇ ਆਂ ਸੋ ਇਹ ਇਹ ਜਿਹੜਾ ਅਸੀਂ ਇਕੱਠੇ ਹੋ ਕੇ ਆਪਣੀ ਭਾਸ਼ਾ ਤੇ ਸਰਕਾਰ ਵੱਜੋਂ ਤੁਰਾਂਗੇ ਜਾਗਰੂ ਕਰਾਂਗੇ ਇਹ ਨਵੀਂ ਪੀੜੀ ਇਹ ਲਈ ਇੱਕ ਪ੍ਰਭਾਵਸ਼ਾਲੀ ਤਰੀਕਾ ਆ ਕਿ ਨਵੀਂ ਪੀੜੀ ਦੇ ਨਾਲ ਜੁੜੇਗੀ ਉਹਨਾਂ ਨੂੰ ਜਗਾਉਣ ਦਾ ਬੱਚਿਆਂ ਨੂੰ ਨਾਲ ਤੋਰਨ ਦਾ ਕਿਉਂਕਿ ਬੱਚੇ ਸਾਡੀ ਸਾਡੀ ਜਨਰੇਸ਼ਨ ਜਿਹੜੀ ਆ ਉਹ ਸਾਡੀ ਪ੍ਰਾਪਤੀ ਆ ਸੋ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਕਲਾਵੇ ਨਾਲ ਲੈ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਮੈਂ ਇੱਕ ਹੋਰ ਬਹੁਤ ਮੇਰੇ ਮਨ ਚ ਗੱਲ ਰਹਿੰਦੀ ਆ ਕਿ ਅਸੀਂ ਜਿੰਨਾ ਵੀ ਕੰਟੈਂਟ ਪੈਦਾ ਕਰਦੇ ਆ ਚਾਹੇ ਉਹ 뮤직 ਦੇ ਰੂਪ ਚ ਆ ਚਾਹੇ ਉਹ ਲਿਖਤ ਦੇ ਰੂਪ ਚ ਆ ਜਾਂ ਨਾਵਲ ਨਾਟਕ ਕਹਾਣੀ ਗੀਤ ਜੋ ਵੀ ਉਹਦੇ ਸੰਫਾ ਹੈਗੀਆਂ ਕਿ ਉਹਨਾਂ ਨੂੰ उन्होंने प्लेटफॉर्म्स से मुहैया करवाईए जी जे प्लेटफॉर्म्स बच्चे अजक यूज़ करते हैं वाई नॉट लिटरेचर ऑन इंस्टाग्राम वाई नॉट लिटरेचर ऑन स्नैपचैट वाई नॉट ऑन गूगल वाई नॉट ऑन यूट्यूब वाई नॉट ऑन फेसबुक राइट जिन्हें भी प्लेटफॉर्म्स है एंड वी शुड प्रोवाइड ऑल दैट ਲਿਟਰਰੀ ਥਿੰਗਸ ਔਨ ਥੋਸ ਪਲੈਟਫਾਰਮਸ ਅਸੀਂ ਅੱਜ ਇਹ ਤਵਕਕ ਕਰੀਏ ਕਿ ਸਾਡਾ ਬੱਚਾ ਜਾਏਗਾ ਬਾਜ਼ਾਰ ਤੋਂ ਪੰਜਾਬੀ ਦੀ ਕਿਤਾਬ ਖਰੀਦ ਕੇ ਲਿਆਏਗਾ ਫਿਰ ਉਹ ਪੜ੍ਹੇਗਾ ਨਾਟ ਪੋਸੀਬਲ ਜੇ ਹੁਣ ਆਈ ਬੁਕਸ ਆ ਆਈ ਬੁਕਸ ਤੇ ਉੱਤੇ ਪੰਜਾਬੀ ਦੀਆਂ ਕਿਤਾਬਾਂ ਉਪਲਬਧ ਨਹੀਂ ਆ ਤਾਂ ਮੈਂ ਹੁਣੇ ਹੀ ਜਾ ਕੇ ਅਸੀਂ ਕਰਾਂਗੇ ਮੀਟਿੰਗ ਆਪਣੀ ਪੰਜਾਬੀ ਅਕੈਡਮੀ ਦੀ ਕਿ ਜਿੰਨੇ ਵੀ ਸਾਡੀ ਪਬਲਿਕੇਸ਼ਨ ਆ ਉਹ ਸਾਰੀ ਆਈ ਬੁਕਸ ਤੇ ਜਾ ਕੇ ਅਵੇਲੇਬਲ ਹੋਵੇ ਕਿ ਜਿਨ੍ਹਾਂ ਨੇ ਵੀ ਉਹ ਕਿਤਾਬਾਂ ਪੜ੍ਹਣੀਆਂ ਆ ਉਹ ਆਈਫੋਨ ਤੇ ਕਲਿੱਕ ਕਰਨ ਆਈ ਬੁਕਸ ਤੇ ਕਿਤਾਬ ਲੱਭਣੋਂ ਪੜ੍ਹ ਲੈਣ ਹੁਣ ਉਹਨੂੰ ਪਹਿਲਾ ਆਈ ਬੁਕਸ ਤੇ ਕਿਤਾਬ ਨਹੀਂ ਮਿਲਦੀ ਤਾਂ ਕਿਵੇਂ ਪੜ੍ਹੇਗਾ ਬੱਚਾ ਜੇ ਆਈ ਬੁਕਸ ਤੇ ਗਾਣੇ ਹੈਗੇ ਗਾਣੇ ਸੁਣਦਾ ਹੈ ਬੱਚਾ ਜੇ ਕਿਤਾਬ ਹੈਗੀ ਤੇ ਕਿਤਾਬ ਹੀ ਪੜ੍ਹੇਗਾ ਸੋ ਇਸ ਤਰ੍ਹਾਂ ਨਾਲ ਅੱਜਕੱਲ ਦੇ ਜਿਹੜੇ ਡਿਜੀਟਲ ਪਲੈਟਫਾਰਮ ਜਾਂ ਉਹਨਾਂ ਸਾਰਿਆਂ ਦੇ ਉੱਤੇ ਜੁੜੀ ਹੋਈ ਵੀ ਸਮਗਰੀ ਅਸੀਂ ਸੋਚਦੇ ਹਾਂ ਕਿ ਸਾਡੀ ਨਵੀਂ ਪੀੜ੍ਹੀ ਦੇ ਲਈ ਪੜ੍ਹਨ ਯੋਗ ਆ ਉਹ ਸਾਰੀ ਨੂੰ ਇਕੁਅਲੀ ਔਨ ਆਲ ਦਾ ਪਲੈਟਫਾਰਮਸ ਮਹैया ਕਰਵਾ ਕੇ ਸਮੇਂ ਦੇ ਹਾਨ ਦਾ ਕਰਨਾ ਆ ਉਹ ਮੇਰੇ ਇੱਕ ਏਜੰਡੇ 'ਚ ਸੀ ਇਸ ਲਈ ਵੀ ਸ਼ੁਭਕਾਮਨਾਵਾਂ ਦੇਣੇ ਤੁਹਾਨੂੰ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਆਏ ਸੀਗੇ ਦਲੇ ਮੁੱਖ ਮੰਤਰੀ ਅੱਜ ਤੋਂ ਉਹਨਾਂ ਨੇ ਇਲੈਕਸ਼ਨ ਕੈਂਪੇਨ ਸ਼ੁਰੂ ਕਰ ਦਿੱਤਾ ਹੈ ਫ੍ਰੀ ਬਿਜਲੀ ਦਾ ਵਾਅਦਾ ਵੀ ਕਰ ਦਿੱਤਾ ਹੈ ਪੰਜਾਬ ਵਿੱਚ ਜੇਕਰ ਹੈ ਤਾਂ 300 ਯੂਨਿਟ ਬਿਜਲੀ ਜਿਹੜੀ ਹੈਗੀ ਉਹ ਹਰੇਕ ਨੂੰ ਫ੍ਰੀ ਦੇਵਾਂਗੇ ਦੀਪਕ ਬਾਲੀ ਹੁਣ ਦਿੱਲੀ ਚਲ ਗਏ ਨੇ ਦਿੱਲੀ ਚ ਬਹਿ ਕੇ ਜਦੋਂ ਪੰਜਾਬ ਦੀ ਗੱਲ ਹੋਏਗੀ 2022 ਦੀ ਚੋਣਾਂ ਦੀ ਗੱਲ ਹੋਏਗੀ ਦੀਪਕ ਬਾਲੀ ਕੀ ਇਸਲਾ ਦੇਣਗੇ ਕੇਜਰੀਵਾਲ ਨੂੰ ਦੇਖੋ ਮੇਰਾ ਨਹੀਂ خیال ਕਿ ਮੈਂ ਉਹਨਾਂ ਨੂੰ ਕੋਈ ਸਲਾਹ ਦੇਵਾਂਗਾ ਕਿਉਂਕਿ ਪਰ ਤੁਹਾਡਾ ਉਹਦਾ ਸਲਾਹ ਕਰਦਾ ਤਾਂ ਤੁਸੀਂ ਸਲਾਹ ਤਾਂ ਦੇਵੋ ਮੇਰੀ ਜਿਹੜੀ ਸੁਜੈਸ਼ਨ ਆ ਉਹ ਆਰਟ ਕਲਚਰਲ ਲੈਂਗੁਏਜਿਸ ਮਸਲੇ ਤੇ ਆ ਬਾਕੀ politically ਬੇਸਿਕਲੀ ਕੀ ਆ ਮੈਂ ਜਨਕ ਕੇਜੀਵਾਲ ਸਾਹਿਬ ਨੂੰ ਜਿਹੜਾ ਦੇਖਿਆ ਕਿ ਪੋਲਿਟਿਕਸ ਨਾ ਦੀ ਚੀਜ਼ ਨਹੀਂ ਹੈ ਉਹਨਾਂ ਦੇ ਅੰਦਰ ਸਰਵਸ ਟੂ ਦੀ ਸੋਸਾਇਟੀ ਦੀ ਆ ਕਿ ਉਹ ਇਹ ਹਮੇਸ਼ਾ ਹੀ ਸਾਡੀ ਮੀਟਿੰਗਸ ਵਿੱਚ ਵੀ ਇਹੀ ਕਹਿੰਦੇ ਨੇ ਕਿ ਮੈਂ ਸੋਚਦਾ ਕਿ ਪਰਮਾਤਮਾ ਨੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਸਮਾਜ ਨੂੰ ਕੁਝ ਵਾਪਸ ਕਰ ਸਕਾਂ ਸੋ ਕਹਿੰਦੇ ਕਿ ਸਮਾਜ ਨੇ ਮੈਨੂੰ ਪੜਾਇਆ ਸਮਾਜ ਨੇ ਮੈਨੂੰ ਪਾਲਿਆ ਸਮਾਜ ਨੇ ਮੈਨੂੰ ਮੈਨੂੰ ਆਰੈਸਟ ਕਰਵਾਈਆ ਸਮਾਜ ਨੇ ਮੈਨੂੰ ਇਹ ਅਹੁਦਾ ਦਿੱਤਾ ਤਾਂ this is the time i can return something to the society this is his idea ਐਕਚੁਅਲੀ ਆਈਡੀਆ ਜਿਹੜੀ ਉਹ ਸਾਡੀ ਮੀਟਿੰਗ ਵਿੱਚ ਵੀ ਇਹੀ ਗੱਲ ਕਹਿੰਦੇ ਆ ਕਿ ਮੈਂ ਸੋਚਦਾ ਕਿ ਆਮ ਬlesed ਅਰ ਪ੍ਰਮਾਤਮਾ ਨੇ ਮੈਨੂੰ ਇਸ ਕਾਬਲ ਬਣਾਤਾ ਕਿ ਤੂੰ ਕੁਝ ਸਮਾਜ ਦੇ ਉਹਨਾਂ ਲੋਕਾਂ ਲਈ ਕਰ ਸਕ ਜਿਨ੍ਹਾਂ ਦੇ ਵਿੱਚੋਂ ਤੂੰ ਨਿਕਲ ਕੇ ਆਇਆ ਸੋ ਇਸ ਤਰ੍ਹਾਂ ਨਾਲ ਇਹ ਬੜਾ ਚੰਗਾ ਆਈਡੀਆ ਆ ਕਿ ਇਲੈਕਟ੍ਰਿਸਿਟੀ ਕਿਉਂਕਿ ਤਿੰਨ ਕਿ ਚੀਜ਼ਾਂ ਜਿਹੜੀਆਂ ਮੇਜਰ ਬੰਦੇ ਦਾ ਫੈਮਿਲੀ ਨੂੰ ਹਿੱਟ ਕਰਦੀਆਂ ਇੱਕ ਤੇ ਉਹਦੇ ਹੈਲਥ ਪ੍ਰਾਈਵੇਟ ਹੈਲਥ ਸਿਸਟਮ ਜਿਹੜਾ ਸਾਡਾ ਉਹ ਤੁਹਾਡੀ ਇਨਕਮ ਦਾ ਮੇਜਰ ਪਾਰਟ ਜਿਹੜਾ ਖਾ ਜਾਂਦਾ ਦੂਸਰਾ ਪ੍ਰਾਈਵੇਟ ਐਜੂਕੇਸ਼ਨ ਕਿ ਜਿਹੜੀ ਸਰਕਾਰੀ ਸਕੂਲ ਚ ਫੀਸ ਆ 20 ਰੁਪਏ ਪ੍ਰਾਈਵੇਟ ਸਕੂਲ ਦੀ ਫੀਸ ਹੈ 2000 ਰੁਪਿਆ ਤੇ ਕੋਈ ਮੁਕਾਬਲਾ ਹੀ ਨਹੀਂ ਹੈ ਇੱਕ ਬੰਦਾ ਜਿਹੜੀ 10000 12000 ਰੁਪਏ ਤਨਖਾਹ ਆ ਚ ਦੋ ਬੱਚੇ ਪੜ੍ਹਾਏਗਾ 4000 ਤੇ ਫੀਸ ਚਲੇਗੀ ਬਸ ਦਾ ਕਿਰਾਇਆ ਲੱਗਿਆ ਕਿਤਾਬਾਂ ਲੈ ਲਈਆਂ ਤੇ 5000 1000 ਹੋਰ ਚਲੇ ਗਿਆ ਬਾਕੀ ਪੰਜ ਜਿਹੜਾ ਪੂਰਾ ਖਰਚ ਲਾਏਗਾ ਤੇ ਦੂਜੀ ਆ ਗਈ ਪ੍ਰਾਈਵੇਟ ਐਜੂਕੇਸ਼ਨ ਪ੍ਰਾਈਵੇਟ ਐਜੂਕੇਸ਼ਨ ਜਗ੍ਹਾ ਤੇ ਸਰਕਾਰੀ ਐਜੂਕੇਸ਼ਨ ਵਧੀਆ ਹੋ ਜਾਏਗੀ ਤੇ ਦੋ ਔਰ ਤੀਸਰਾ ਆ ਗਿਆ ਇਲੈਕਟ੍ਰਿਸਿਟੀ ਸੋ ਤਿੰਨੇ ਪਹਿਲੂ ਜਿਹੜੇ ਉਹਨਾਂ ਤੇ ਬਹੁਤ ਉਹਨਾਂ ਨੇ ਅੱਛੀ ਗਰਾਉਂਡ ਵਰਕ ਕੀਤਾ ਹੋਇਆ ਪੂਰੀਆਂ ਪਲੈਨਿੰਗਸ ਆ ਸੋ ਮੈਨੂੰ ਇਹ ਗੱਲ ਬਿਲਕੁਲ ਉਹਨਾਂ ਦੀ ਸਹੀ ਲੱਗੀ ਆ ਕਿ ਵਾਕਈ ਕਿਉਂਕਿ ਉਹ ਖੁਦ ਮੱਧ ਵਰਗੀ ਪਰਿਵਾਰ ਚ ਹੋਇਨੋ ਮਹਿਸੂਸ ਕਰਦੇ ਨੇ ਕਿ ਪਰਿਵਾਰ ਚ ਕੀ ਕੁਝ ਹੋਣਾ ਚਾਹੀਦਾ ਸੋ ਮੇਰੇ ਲਿਹਾਜ਼ ਨਾਲ ਬਹੁਤ ਬੈਟਰ ਉਹਨਾਂ ਦੀ ਸੁਜੈਸ਼ਨ ਹੈ ਨਹੀਂ ਪਰ ਪੰਜਾਬੀ ਭਾਸ਼ਾ ਸਭਿਆਚਾਰ ਕਿਉਂਕਿ ਇਸ ਮਾਮਲੇ ਵਿੱਚ ਜੋ ਸਲਾਹ ਦੇਣੀ ਹੋਏਗੀ ਪੰਜਾਬ ਵਿੱਚ ਉਹਨਾਂ ਲੜਨੀ ਆ ਤਾਂ ਇਨ ਡੈਪਥ ਤੱਕ ਫਿਰ ਜਾਣਾ ਹੋਏਗਾ ਉਸ ਲਈ ਵੀ ਕੁਝ ਪਲਾਨ ਕਰੋਗੇ ਕੁਝ ਇਸ ਤਰੀਕੇ ਦਾ ਕਿ ਇਹ ਇਹ ਪੁਆਇੰਟ ਚੱਕੇ ਜਾ ਸਕਦੇ ਨੇ ਇਹਨਾਂ ਦੇ ਬਾਰੇ ਗੱਲ ਹੋ ਸਕਦੀ ਹੈ ਡੈਫੀਨਿਟਲੀ ਡੈਫੀਨਿਟਲੀ ਦੇਖੋ ਜੇ ਮੈਂ ਇਸ ਡਿਪਾਰਟਮੈਂਟ ਵਿੱਚ ਹੈਗਾ ਹਾਂ ਔਰ ਮੇਰੇ ਤਜਰਬਾ ਜਾਂ ਮੇਰੇ ਮੈਂ ਸਬਿਆਚਾਰ ਨੂੰ ਜੀਆ ਆ ਮੈਂ ਜੀ ਵੀ ਆ ਸਬਿਆਚਾਰ ਮਾਣਿਆ ਆ ਸਬਿਆਚਾਰ ਸੋ ਇਹਦੇ ਸੰਬੰਧ ਜੋ ਵੀ ਮੈਨੂੰ ਸਲਾਹ ਲਈ ਜਾਏਗੀ ਜੋ ਮੇਰੀ ਬੁੱਧੀ ਦੇ ਮੁਤਾਬਕ ਬਿਹਤਰ ਤੋਂ ਬਿਹਤਰ ਹੋਏਗੀ ਮੈਂ ਡੈਫੀਨਿਟਲੀ ਦੇਵਾਂਗਾ ਕਿ ਕੋਈ ਅਗਰ ਮੇਰੀ ਕਿਸੇ ਸਲਾਹ ਦੇ ਨਾਲ ਪੰਜਾਬੀ ਦਾ ਭਲਾ ਹੁੰਦਾ ਪੰਜਾਬੀ ਤੇ ਵਧਦੀ ਫੁੱਲਦੀ ਆ ਪੰਜਾਬੀ ਜ਼ੁਬਾਨ ਵਧਦੀ ਫੁੱਲਦੀ ਆ ਪੰਜਾਬੀ ਸੰਗੀਤ ਸਾਹਿਤ ਵਧਦਾ ਫੁੱਲਦਾ ਤਾਂ ਕਿਉਂ ਨਹੀਂ ਮੈਂ ਤਾਂ ਦਿਨ ਰਾਤ ਸਲਾਹ ਦੇਵਾਂਗੇ ਕਿਉਂਕਿ ਮੈਂ ਪਿਆਰ ਕਰਦਾ ਇਸ ਦੀ ਗ੍ਰੋਥ ਜਿਹੜੀ ਆ ਮੈਨੂੰ ਖੁਸ਼ੀ ਦਿੰਦੀ ਆ ਇਹਦੀ ਗ੍ਰੋਥ ਮੇਰੇ ਮੇਰੇ ਚਿਹਰੇ ਤੇ ਖੁਸ਼ੀ ਲੈ ਕੇ ਆਂਦੀ ਆ ਬਹੁਤ ਬਹੁਤ ਸ਼ੁਕਰੀਆ ਸੜਨਾ ਗੱਲ ਕਰਨ ਦਾ ਧੰਨਵਾਦ ਜੀ ਧੰਨਵਾਦ ਸੋ ਇਸਨ ਦੀਪਕ ਬਾਲੀ ਸਾਹਿਬ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖ ਕਪੈਸਿਟੀਆਂ ਵਿੱਚ ਅੱਜ ਤੱਕ ਦੇਖਿਆ ਹੋਵੇਗਾ ਮਿਊਜ਼ਿਕ ਇੰਡਸਟਰੀズ ਨੇ ਨਾਲ ਲਗਾਤਾਰ ਬਹੁਤ ਲੰਮਾ ਉਹਨਾਂ ਦਾ ਤਜਰਬਾ ਹੈਗਾ ਉਸ ਦੇ ਨਾਲ ਹੀ ਪੰਜਾਬੀ ਮਾਂ ਬੋਲੀ ਲਈ ਉਹਨਾਂ ਨੇ ਲੰਮੇ ਚਿਰ ਤੱਕ ਜਿਹੜਾ ਹੈਗਾ ਖੁਦ ਵੀ ਸੰਘਰਸ਼ ਕੀਤਾ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ ਤੇ ਹੁਣ ਇੱਕ ਨਵੀਂ ਕਪੈਸਿਟੀ ਜਿਹੜੀ ਹੈਗੀ ਹੈ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਦੇ ਸਲਾਹਕਾਰ ਆਰਟ ਐਂਡ ਕਲਚਰ ਦੇ ਸਬਜੈਕਟ ਨੂੰ ਲੈ ਕੇ ਦਾਅਵੇਦਾਰੀ ਇਹ ਹੈ ਕਿ ਦਿੱਲੀ ਵਿੱਚ ਵੀ ਜਿਹੜਾ ਹੈਗਾ ਪੰਜਾਬੀ ਮਾਂ ਬੋਲੀ ਦਾ ਮਾਨ ਵਧਾਇਆ ਜਾਵੇਗਾ ਪੰਜਾਬ ਦੀਆਂ ਚੋਣਾਂ ਆਣੀਆਂ ਤਾਂ ਉਸ ਵੇਲੇ ਵੀ ਸਲਾਹ ਜਿਹੜੀ ਹੈਗੀ ਉਹ ਜ਼ਰੂਰ ਦਿੱਤੀ ਜਾਵੇਗੀ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੀ ਸਲਾਹ ਨੂੰ ਕਿਸ ਤਰੀਕੇ ਦਿੱਲੀ ਸਰਕਾਰ ਐਕਸੈਪਟ ਕਰਦੀ ਹੈ ਕਿਸ ਤਰੀਕੇ ਉਸ ਨੂੰ ਇੰ ਇਸਤੇ ਵੀ ਅਸੀਂ ਨਜ਼ਰ ਰੱਖਾਂਗੇ ਅ즈 ਲਈ ਫਿਲਹਾਲ ਇਹ ਨਈ ਕੈਮਰਾ ਪਰਸਨ ਬਲਜੀਤ ਦੇ ਨਾਲ ਗਗਨਦੀਪ ਚੋਹਾਨ ਜਸ ਟੀਵੀ ਚੰਡੀਗੜ੍ਹ ਕਮੰਡ ਨੇ ਫੈਸਲਾ ਕੀਤਾ ਹੋਇਆ ਕਿ ਸਾਹਿਤ ਸੱਭਿਆਚਾਰ ਲਈ ਅਸੀਂ ਵੱਡਾ ਕੰਮ ਕਰਦਾ ਕੰਮ ਕਰ ਪਗ 40 ਤੋਂ 50 ਲੱਖ ਜਿਹੜੀ ਵਸੂ ਆ ਉਹ ਪੰਜਾਬੀਆਂ ਦੀ ਆ ਤੇ 40 50 ਲੱਖ ਲੋਕਾਂ ਤੱਕ ਉਹਨਾਂ ਨੂੰ ਉਹਨਾਂ ਦੀ ਬਾਦਸ਼ਾਹ ਸਾਹਿਤ ਸਭਿਆਚਾਰ ਲਈ ਜਗਾਉਣਾ ਜਿਹੜਾ ਆ ਉਹ ਮੇਰਾ ਮੁੱਖ ਅਜੰਡਾ ਹੈ ਪੰਜਾਬੀ ਸੰਗੀਤ ਸਾਹਿਤ ਵੱਧਾ ਫੁੱਲਦਾ ਤਾਂ ਕਿਉਂ ਨਹੀਂ ਮੈਂ ਤਾਂ ਦਿਨ ਰਾਤ ਸਲਾਹ ਦੇਵਾਂਗੇ ਮੈਨੂੰ ਖੁਸ਼ੀ ਦਿੰਦੀ ਆ